गुंडागर्दी का एक मामला सामने आया है, जहां सुल्तानविंड के कुछ हथियारबंद युवकों ने दो युवकों पर ताबड़तोड़ गोलियां चलानी शुरू कर दी। ये हमला पुरानी रंजिश के चलते किया गया। पुलिस ने मौके पर पहुंचकर आगे की जांच शुरू कर दी है। पीड़ित और घायल युवक रॉबिन के मुताबिक उनके द्वारा पहले भी आरोपियों पर 307 का मामला दर्ज करवाया था, जिसके बाद पुलिस आरोपियों को पकड़ने में नाकाम साबित हुई और फिर युवकों द्वारा तेज धार हथियार लेकर उन पर हमला किया गया। ਉੱਥੇ ਖਲੋਤੇ ਕਾਕਾ ਰਾਮ ਦੇ ਗਲੀ ਅੰਦਰ ਤੇ ਇੱਕਦਮ ਪਤਾ ਨਹੀਂ ਕਿਹੜੇ ਮੁੰਡਿਆਂ ਗੋਲੀਆਂ ਚਲਾ ਗਏ। ਕਿੰਨੇ ਬੰਦੇ? 15-20 ਜਣੇ ਹੈਗੇ ਜੀ। ਕਿਹੜੇ ਹਥਿਆਰ ਜੀ? ਪਿਸਤੌਲਾਂ ਫੜੀਆਂ ਉਹਨਾਂ ਨੇ। ਰੰਜਸ਼ ਸਾਡੀ ਕੋਈ ਵੀ ਨਹੀਂ। ਫਿਰ ਕਿਉਂ ਮਾਰਿਆ ਤੁਹਾਡੇ? ਮੈਨੂੰ ਆਪ ਨੂੰ ਨਹੀਂ ਕਿਸੇ ਦੀ ਲੜਾਈ ਇਹੀ ਤੇ ਆਪਾਂ ਉੱਥੇ ਖਲੋਤੇ ਹਾਂ ਤੇ ਉਹਨਾਂ ਨੇ ਆਉਂਦੇ ਸਿੱਧਾ ਗੋਲੀਆਂ ਮਾਰੀਆਂ। ਕੀ ਨਾਂ ਸੀ ਬੰਦਿਆਂ ਦਾ? ਅੰਦਰ ਹੋਣੀ ਸੀ ਤੇ ਲੋਰੀ ਗੇੜਦਾ ਸੀ ਕੋਈ। ਕਿੱਥੇ ਵੱਜੀ ਗੋਲੀ? ਗੋਲੀ ਵੱਖੀ ਜੀ। ਪੁਲਿਸ ਨੂੰ ਦੱਸਿਆ ਸੂਰੇ? ਹਾਂਜੀ ਹਾਂਜੀ। ਆਪਣਾ ਨਾਮ ਦੱਸੋ ਭਾਈ? ਮੇਰਾ ਨਾਮ ਰੋਬਿਨ ਰਾਏ। ਭਾਜੀ ਆਪਣੀ ਪਹਿਲਾਂ 8 ਮਹੀਨੇ ਪੁਰਾਣੀ ਰੰਜੀ ਸੀ ਅਤੇ ਇਹਨਾਂ ਉਦੋਂ ਵੀ ਸਾਡੇ 'ਤੇ ਗੋਲੀਆਂ ਚੱਲੀਆਂ ਸੀ। ਇਹਨਾਂ ਦੇ ਥਰੂ ਪਰਚਾ ਵੀ ਹੈਗਾ ਵਾ ਇਹਨਾਂ 'ਤੇ 307 ਦਾ। ਇਹ ਬੰਦੇ ਭਗੌੜੇ ਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਅੱਜ ਤੱਕ ਅਤੇ ਅੱਜ ਫਿਰ ਕੋਈ ਗੱਲ ਹੋਈ ਆਪਣੀ ਉਹਨਾਂ ਨਾਲ ਅਤੇ ਇਹਨਾਂ ਨੇ ਸਿੱਧਾ ਘਰ ਦੇ ਬਾਹਰ ਆਏ, ਇਹਨਾਂ ਨੇ ਗੋਲੀਆਂ ਚਲਾਤੀਆਂ ਹੁੰਦੀਆਂ। ਕਿਹੜੇ ਬੰਦੇ ਆ? ਇਹ ਤੇਜਾ ਤੇਜਪ੍ਰੀਤ ਸਿੰਘ ਅੰਤਰ ਕਾਲੋਂ, ਜਗਰੂਪ ਸਿੰਘ, ਇੱਕ ਉਹਨਾਂ ਨੇ ਹੈਗਾ ਰਵੀ ਬਨੋਟ, ਵਿਨੇ ਭੋਲੂ, ਜਸਕਰਨ ਗਾਂਧੀ ਅਤੇ 4-5 ਜਾਣੇ ਹੋਰ ਹੀ ਆਪਣੇ ਉਹਨਾਂ ਨਾਲ। ਹਾਂਜੀ, ਗੋਲੀਆਂ ਕਾਕਾ ਰਾਮ ਦੇ 100 ਫੱਟੀ ਅਤੇ ਕਾਕਾ ਰਾਮ ਦੀ ਬਿਲਕੁਲ ਨਾਲ ਦੀ ਗਲੀ 'ਚ। ਕਿੰਨੇ ਵਜੇ ਚੱਲੀਆਂ? ਆਵਾਜ਼ ਤੋਂ ਬਾਈ 1.5 ਘੰਟੇ ਪਹਿਲਾਂ ਚੱਲੀਆਂ ਜੀ। ਗੋਲੀ ਲੱਗੀ ਹੈ? ਗੋਲੀ ਲੱਗੀ ਮੇਰੇ ਲੱਗੀ ਹੈ, ਇੱਕ ਮੁੰਡੇ 'ਤੇ ਲੱਗੀ ਆ, ਉਹਦੇ ਪੇਟ 'ਤੇ ਲੱਗੀ ਆ। ਰੰਜਿਸ਼ ਭਾਈ ਆਪਣੀ ਕੋਈ ਪਹਿਲਾਂ ਗੱਲ ਸੀ, ਇਹਨਾਂ ਨੇ ਕਿ ਯਾਰ ਦੀ ਭੈਣ ਨੂੰ ਛੇੜਿਆ ਸੀ ਉਦੋਂ ਗੱਲ, ਉਦੋਂ ਵੀ ਆਪਣਾ ਰਾਜੀਨਾਮਾ ਹੋਣ ਲੱਗਾ ਸੀ, ਇਹਨਾਂ ਨੇ ਰਾਜੀਨਾਮੇ ਵਾਸਤੇ ਘਰ ਬੁਲਾਇਆ ਸੀ ਸਾਨੂੰ। 14 ਆਪਾਂ ਸਿਰਫ 5 ਜਾਣੇ ਗਏ ਸੀ ਉਹਨਾਂ ਨਾਲ, ਠੀਕ ਆ। ਉਹ ਉਦੋਂ ਵੀ 7-8 ਜਾਣੇ ਖਲੋਤੇ ਸੀ, ਇੱਦਾਂ ਉਹਨਾਂ ਨੇ ਕੋਈ ਗੱਲ ਕੀਤੀ ਆਪਣੀ ਹੱਥੋਂ ਪਾਈ ਹੋ ਗਈ ਅਤੇ ਫਿਰ ਉਹਨਾਂ ਨੇ ਗੋਲੀ ਚਲਾਤੀ ਉੱਥੇ। ਫਿਰ ਪਹਿਲੇ ਜਿਹੜਾ ਕੇਸ ਹੋਇਆ ਉਹ 'ਚ ਗ੍ਰਿਫਤਾਰ ਨਹੀਂ ਹੋਏ? ਗ੍ਰਿਫਤਾਰ ਨੇ? ਜਮਾਨਤੀ ਬਾਰੇ? ਜਮਾਨਤ ਵੀ ਨਹੀਂ ਹੋਈ, ਭਗੌੜੇ ਨੇ ਆਹ ਬੀਡ ਵੀਜਣ ਹੀ ਭਾਜੀ, ਹੁਣ ਫਿਰ ਬੀਡ ਵੀਜਣ ਹੋਏ ਆਪਣੇ ਇਲਾਕੇ 'ਚ ਆ ਹੀ ਪੈਂਦਾ ਨਾ। ਹਾਂਜੀ, ਹੁਣ ਤਾਂ ਭਾਈ ਪਰਚਾ ਹੋਊਗਾ, ਜੋ ਕਾਰਵਾਈ ਕੀਤੀ ਜਾਵੇ ਹੋਏਗੀ। ਸਾਨੂੰ ਤਾਂ ਹੁਣ ਇਤਲਾਹ ਮਿਲੀ ਸੀਗੀ ਵੀ ਸੁਲਤਾਨਪਿੰਡ ਰੋਡ 'ਤੇ ਡਰਾਮਾ ਵਾਲੇ ਬਾਜ਼ਾਰ ਦੇ ਵਿੱਚ ਝਗੜਾ ਹੋਇਆ, ਅਸੀਂ ਮੌਕੇ 'ਤੇ ਗਏ ਸੀਗੇ ਅਤੇ ਉਹ ਬੱਚੇ ਜਿਹੜੇ ਸੀਗੇ ਇੱਥੇ ਆਪਣੇ ਸੈਲਰ ਤੋਂ ਲੈਂਦੇ ਇੱਥੇ ਆਏ ਆ ਕਾਰਵਾਈ ਕਰਨ ਵਾਸਤੇ, ਉਹਨਾਂ ਦਾ ਬਿਆਨ ਲੈ ਕੇ ਜਿਹੜੀ ਹੋਊਗੀ ਅੱਗੇ ਕਾਰਵਾਈ ਕਰਨ ਵਾਸਤੇ। ਕਿੰਨੇ ਬੰਦਿਆਂ ਦੀ ਗੋਲੀ ਵੱਜੀ? 2 ਬੰਦੇ ਲੱਗੀ ਹੋਈ, ਇੱਕ ਦੇ ਹੱਥ 'ਤੇ ਲੱਗੀ, ਇੱਕ ਦੇ ਪੇਟ 'ਚ ਲੱਗੀ। ਉਹਨਾਂ ਬਾਰੇ ਹਾਲੇ ਨਹੀਂ ਪਤਾ ਲੱਗਿਆ, ਉਹ ਦੱਸਣਗੇ ਜਿਹਦੇ ਵਿੱਚ ਬਿਆਨ ਦੇ ਵਿੱਚ ਜਿਵੇਂ ਆਉਣਗੇ ਉਹਨਾਂ ਮੁਤਾਬਕ ਤੁਹਾਨੂੰ ਵੀ ਦੱਸ ਦਿਆਂਗੇ। ਠੀਕ।